ਤਾਂ ਬਹੁਤ ਵੱਡੀ ਅਪਡੇਟ ਸਾਡੇ ਤੱਕ ਪਹੁੰਚ ਰਹੀ ਹੈ। ਸੀ ਐਨ ਜੀ ਗੱਡੀਆਂ ਰੱਖਣ ਵਾਲਿਆਂ ਨੂੰ ਲੱਗੇਗਾ ਝਟਕਾ, 8 ਤੋਂ 12 ਰੁਪਏ ਪ੍ਰਤੀ ਕਿਲੋ ਵੱਧ ਸਕਦੇ ਨੇ ਭਾਅ, ਸੀ ਐਨ ਜੀ ਗੈਸ ਦੇ ਭਾਅ ਵੱਧ ਸਕਦੇ ਆ, ਰਸੋਈ ਗੈਸਾਂ 'ਚ 6 ਰੁਪਏ ਤੱਕ ਹੋ ਸਕਦਾ ਹੈ ਵਾਧਾ। ਰੂਸ ਯੂਕਰੇਨ ਜੰਗ ਕਾਰਨ ਪ੍ਰਭਾਵਿਤ ਹੋਈਆਂ ਨੇ ਕੁਦਰਤੀ ਗੈਸਾਂ, ਜੰਗ ਕਾਰਨ ਬੰਦ ਹੋਈ ਹੈ ਸਪਲਾਈ। ਤੁਹਾਨੂੰ ਦੱਸ ਦਈਏ ਕਿ ਰੂਸ ਅਤੇ ਯੂਕਰੇਨ ਦੇ ਨਾਲ 18 ਸਾਲਾਂ ਦਾ ਇੱਕ ਕੰਟਰੈਕਟ ਹੋਇਆ ਸੀ ਗੈਸ ਦਾ, ਪਰ ਜੰਗ ਦੌਰਾਨ ਜਿਹੜੀ ਇਹ ਸਪਲਾਈ ਬੰਦ ਹੋ ਗਈ ਹੈ, ਜਿਸ ਤੋਂ ਬਾਅਦ ਭਾਰਤ ਨੂੰ ਕੁਦਰਤੀ ਗੈਸਾਂ ਜਿਹੜੀਆਂ ਨੇ ਉਹ ਮਹਿੰਗੇ ਭਾਅ 'ਤੇ ਉਹਨਾਂ ਦੇਸ਼ਾਂ ਤੋਂ ਖਰੀਦਣੀਆਂ ਪੈ ਰਹੀਆਂ, ਜਿਨ੍ਹਾਂ ਤੋਂ ਪਹਿਲਾਂ ਦਾ ਨਾਲ ਕੋਈ ਲਿੰਕ ਨਹੀਂ ਸੀਗਾ ਗੈਸ ਖਰੀਦਣ ਦਾ। ਪਰ ਹੁਣ ਮਹਿੰਗੇ ਖਰੀਦਣ ਤੋਂ ਬਾਅਦ ਜਿਹੜਾ ਹੈ ਹੁਣ ਕਿਤੇ ਨਾ ਕਿਤੇ ਸੀ ਐਨ ਜੀ ਦੇ ਰੇਟ ਹੈ ਉਹ ਵੱਧ ਸਕਦੇ ਨੇ, ਤਾਂ ਵੱਡਾ ਝਟਕਾ ਉਹਨਾਂ ਨੂੰ ਲੱਗ ਸਕਦਾ ਜਿਨ੍ਹਾਂ ਕੋਲ ਸੀ ਐਨ ਜੀ ਗੱਡੀਆਂ ਨੇ। ਔਰ ਇੱਥੋਂ ਤੱਕ ਜੋ ਸਾਡੇ ਤੱਕ ਇਨਪੁੱਟ ਪਹੁੰਚ ਰਹੀ ਹੈ, ਮਹਿੰਗੇ ਪੈਟਰੋਲ ਡੀਜ਼ਲ ਔਰ ਰਸੋਈ ਗੈਸ ਸਿਲੰਡਰਾਂ ਦੀ ਪਹਿਲਾਂ ਤੋਂ ਹੀ ਲੋਕ ਜਿਹੜੀ ਹੈ ਉਹ ਮਾਰ ਚੱਲ ਰਹੇ ਨੇ, ਉੱਥੇ ਹੀ ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਲੱਗਾ ਹੈ। ਬਹੁਤ ਜਲਦ ਸੀ ਐਨ ਜੀ ਅਤੇ ਪੀ ਐਨ ਜੀ ਦੇ ਦਾਮ ਵੱਧ ਸਕਦੇ ਆ, ਕਿਉਂਕਿ ਨੈਚੁਰਲ ਗੈਸਾਂ ਦੀ ਕੀਮਤਾਂ ਹੁਣ ਜਿਹੜੀਆਂ 40% ਰਿਕਾਰਡ ਜਿਹੜਾ ਹੈ ਉਹ ਦਰਜ ਕਰ ਚੁੱਕੀ ਹੈ ਕਿ 40% ਮਹਿੰਗੀ ਹੋ ਸਕਦੀ ਹੈ, ਤਾਂ ਹੁਣ ਤੁਹਾਡੀਆਂ ਜੇਬਾਂ 'ਤੇ ਬਹੁਤ ਬੁਰਾ ਅਸਰ ਪੈਣ ਵਾਲਾ। ਨੈਚੁਰਲ ਗੈਸਾਂ ਦੀ ਕੀਮਤਾਂ ਇੰਨੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਕਿ ਹੁਣ ਤੁਹਾਨੂੰ ਗੱਡੀ ਚਲਾਉਣਾ, ਤੁਹਾਨੂੰ ਖਾਣਾ ਪਕਾਉਣਾ ਵੀ ਮਹਿੰਗਾ ਹੋ ਜੂਗਾ, ਕਿਉਂਕਿ ਪੀ ਐਨ ਜੀ ਗੈਸਾਂ ਦੇ ਰੇਟ ਵੀ ਵਧਣ ਜਾ ਰਹੇ ਨੇ। ਤਾਂ ਵੱਧ ਕਿਉਂ ਰਹੇ ਨੇ ਰੇਟ ਤੁਹਾਨੂੰ ਦੱਸ ਦਈਏ ਕਿ ਰੂਸ ਯੂਕਰੇਨ ਦੀ ਜੰਗ ਤੋਂ ਬਾਅਦ ਜਿਹੜਾ ਗੈਸਾਂ ਪ੍ਰਭਾਵਿਤ ਹੋਈਆਂ ਨੇ, ਉਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਭਾਰਤ ਨੂੰ ਬਹੁਤ ਮਹਿੰਗੇ ਰੇਟਾਂ ਦੇ ਉੱਤੇ ਗੈਸ ਖਰੀਦਣੀ ਪੈ ਰਹੀ ਹੈ, ਤਾਂ ਉਸ ਦੇ ਨਾਲ ਨਾਲ ਬਹੁਤ ਵੱਡਾ ਅਸਰ ਪਵੇਗਾ, ਤਾਂ ਬਹੁਤ ਮਹਿੰਗਾਈ ਤੁਹਾਡੀ ਜੇਬਾਂ ਦੇ ਉੱਤੇ ਵੀ ਇਸ ਦਾ ਅਸਰ ਦਿਖਾਈ ਦੇਵੇਗਾ। ਤਾਂ ਇਸ ਵਕਤ ਹੀ ਵੱਡੀ ਅਪਡੇਟ ਕਹੀ ਜਾ ਸਕਦੀ ਕਿ ਸੀ ਐਨ ਜੀ ਅਤੇ ਪੀ ਐਨ ਜੀ ਗੈਸਾਂ ਦੇ ਰੇਟ ਦੇ ਵਿੱਚ ਵਾਧਾ ਹੋ ਸਕਦਾ ਹੈ। ਵਾਧਾ ਕਿਵੇਂ ਹੋਏਗਾ ਤੁਹਾਨੂੰ ਦੱਸ ਦਈ ਕਿ 40% ਵਾਧਾ ਹੋ ਸਕਦਾ ਹੈ। ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਭਾਰਤ ਨੈਚੁਰਲ ਗੈਸਾਂ ਖਰੀਦਦਾ ਸੀ ਰੂਸ ਤੋਂ ਵੀ ਸਪਲਾਈ ਬੰਦ ਹੈ, ਔਰ ਯੂਕਰੇਨ ਦੇ ਨਾਲ ਜੋ 18 ਸਾਲ ਦਾ ਕੰਟਰੈਕਟ ਹੋਇਆ ਸੀ ਉਹ ਵੀ ਬੰਦ ਹੋ ਗਿਆ ਹੈ, ਕਿਉਂਕਿ ਰੂਸ ਯੂਕਰੇਨ ਦੀ ਜੰਗ ਤੋਂ ਬਾਅਦ ਸਾਰੀਆਂ ਸਪਲਾਈਆਂ ਬੰਦ ਹੋ ਚੁੱਕੀਆਂ। ਬਾਕੀ ਦੇਸ਼ ਵੀ ਜਿਹੜੇ ਹੈ ਰੂਸ ਯੂਕਰੇਨ ਤੋਂ ਸਪਲਾਈ ਲੈਂਦੇ ਸੀਗੇ, ਉਹ ਵੀ ਹੁਣ ਸਾਨੂੰ ਨਹੀਂ ਮਿਲ ਰਿਹਾ, ਔਰ ਬਾਕੀ ਦੇਸ਼ਾਂ ਤੋਂ ਜਿਹੜੇ ਖੁਦ ਇਸ ਦਾ ਉਤਪਾਦਨ ਕਰਦੇ ਆ ਉਹਨਾਂ ਨੂੰ ਖੁਦ ਵੇਚਣਾ ਪੈ ਰਿਹਾ, ਜਿਸ ਤੋਂ ਬਾਅਦ ਭਾਰਤ ਨੂੰ ਮਹਿੰਗੇ ਰੇਟਾਂ ਦੇ ਵਿੱਚ ਗੈਸ ਖਰੀਦਣੀ ਪੈ ਰਹੀ ਆ। ਔਰ ਉਸ ਦੌਰਾਨ ਭਾਰਤ ਦੇ ਵਿੱਚ ਹੁਣ ਮਾਰਕੀਟ ਦੇ ਵਿੱਚ ਸੀ ਐਨ ਜੀ ਗੈਸ ਮਹਿੰਗੀ ਹੋ ਸਕਦੀ ਹੈ, ਔਰ ਇਹ ਕਿਹਾ ਜਾ ਰਿਹਾ ਕਿ ਇਹ ਗੈਸ ਦੇ ਰੇਟ ਲਗਾਤਾਰ ਅਗਲੇ ਸਾਲ ਤੱਕ ਵੱਧਦੇ ਹੀ ਜਾਣਗੇ, ਜਦੋਂ ਤੱਕ ਜਿਹੜੀ ਜੰਗ ਦਾ ਮਾਹੌਲ ਜਾਂ ਬਾਕੀ ਚੀਜ਼ਾਂ ਨਿਯੰਤਰਣ ਦੇ ਵਿੱਚ ਨਹੀਂ ਆ ਜਾਂਦੀਆਂ, ਕਿਉਂਕਿ ਜਿਹੜੀ ਗੈਸ ਸਪਲਾਈ ਬੰਦ ਤਾਂ ਹੋ ਗਈ ਹੈ ਪਰ ਉਸ ਨੂੰ ਖੁੱਲ੍ਹਣ ਦੇ ਵਿੱਚ ਕਿੰਨਾ ਸਮਾਂ ਲੱਗੇਗਾ, ਕਦੋਂ ਭਾਰਤ ਦੇ ਜਿਹੜੇ ਇੱਥੋਂ ਮੰਤਰੀ ਨੇ ਉਹ ਕਦੋਂ ਗੱਲ ਕਰਦੇ ਆ, ਔਰ ਕੀ ਗੱਲਾਂ ਹੋਣ ਤੋਂ ਬਾਅਦ ਫਿਰ ਤੋਂ ਸਪਲਾਈ ਸ਼ੁਰੂ ਹੋਵੇਗੀ। ਪਰ ਉਦੋਂ ਤੱਕ ਜੇਕਰ ਕਿਹਾ ਜਾਵੇ ਤਾਂ ਭਾਰਤ ਬਹੁਤ ਹੀ ਮਹਿੰਗੇ ਰੇਟ ਦੇ ਵਿੱਚ ਜਿਹੜੀ ਗੈਸ ਖਰੀਦ ਰਿਹਾ, ਔਰ ਸਾਨੂੰ ਉਸਦਾ ਸਾਡੇ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਉਸਦਾ ਪੈ ਰਿਹਾ, ਤਾਂ ਵੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਸਾਰੀਆਂ ਚੀਜ਼ਾਂ ਸੈੱਟ ਹੋ ਜਾਣਗੀਆਂ। ਪਰ ਜੋ ਹੁਣ ਤੱਕ ਅਪਡੇਟ ਸਾਡੇ ਕੋਲ ਪਹੁੰਚੀ ਹੈ ਕਿ ਸੀ ਐਨ ਜੀ ਗੈਸ ਦੇ ਜਿਹੜੇ ਰੇਟ ਹੈ ਉਹ 12 ਰੁਪਏ ਵੱਧ ਸਕਦੇ ਨੇ, ਔਰ ਰਸੋਈ ਗੈਸ ਦੇ ਵਿੱਚ ਵੀ ਵਾਧਾ ਹੋ ਸਕਦਾ, ਯਾਨੀ ਕਿ ਸੀ ਐਨ ਜੀ ਅਤੇ ਪੀ ਐਨ ਜੀ ਰੇਟਾਂ ਦੇ ਵਿੱਚ ਬਹੁਤ ਵੱਡਾ ਇਜ਼ਾਫਾ ਹੋਣ ਜਾ ਰਿਹਾ, ਔਰ ਤੁਹਾਡੀ ਜੇਬਾਂ ਦੇ ਉੱਤੇ ਬਹੁਤ ਬੁਰਾ ਅਸਰ ਪਵੇਗਾ ਇਸਦਾ। ਤਾਂ ਵੱਡੀ ਇਨਪੁੱਟ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਹੋਰ ਵੀ ਕਈ ਕਾਰਨ ਦੱਸੇ ਜਾ ਰਹੇ ਨੇ ਜਿਸ ਦੇ ਕਾਰਨ ਇਹ ਗੈਸਾਂ ਜਿਹੜੀਆਂ ਮਹਿੰਗੀਆਂ ਹੋਈਆਂ ਨੇ, ਪਰ ਜੋ ਅਸਲ ਕਾਰਨ ਇਹ ਦੱਸਿਆ ਜਾ ਰਿਹਾ ਕਿ ਸਪਲਾਈ ਬੰਦ ਹੋ ਗਈ ਹੈ ਰੂਸ ਵੱਲੋਂ ਵੀ, ਜਿਸ ਕਾਰਨ ਹੁਣ ਬਾਕੀ ਦੇਸ਼ਾਂ ਤੋਂ ਜਿਹੜੀ ਅਤੇ ਸੀ ਐਨ ਜੀ ਹੈ ਅਤੇ ਪੀ ਐਨ ਜੀ ਜੇ ਸੀ ਐਨ ਜੀ ਗੈਸ ਜਿਹੜੀ ਹੈ ਉਹ ਨੈਚੁਰਲ ਗੈਸਾਂ ਨੇ ਜਿਹੜੀਆਂ ਉਹ ਮਹਿੰਗੇ ਰੇਟ 'ਤੇ ਲੈਣੀਆਂ ਪੈ ਰਹੀਆਂ ਨੇ, ਅਤੇ ਜਿਸ ਤੋਂ ਬਾਅਦ ਸੀ ਐਨ ਜੀ ਦੇ ਉੱਤੇ ਬਹੁਤ ਵੱਡਾ ਅਸਰ ਪਵੇਗਾ। ਤਾਂ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।